ਚੈਪਟਰ 6 ਐਕਸਰਸਾਈਜ਼ ਕਰ ਰਹੇ ਹਾਂ 6.5 ਇਹਦੇ ਵਿੱਚ ਕੀ ਆਪਾਂ 6.5 ਕੀ ਦੇਖਣਾ ਹੈ ਕਿ ਆਪਾਂ ਇੱਕ ਸਮਕੋਣ ਤ੍ਰਿਕੋਣ ਬਾਰੇ ਜਾਣਕਾਰੀ ਲੈਣੀ ਹੈ ਧਿਆਨ ਨਾਲ ਸਮਝਣਾ ਆਪਾਂ ਨੂੰ ਇਹ ਤਾਂ ਪਤਾ ਹੀ ਕਿ ਸਮਕੋਣ ਕਿਹੜਾ ਹੁੰਦਾ ਹੈ 90 ਡਿਗਰੀ ਸਮਕੋਣ ਬਰਾਬਰ 90 ਡਿਗਰੀ ਸਮਕੋਣ ਤ੍ਰਿਕੋਣ ਇਹਨੂੰ ਇੰਗਲਿਸ਼ ਕਹਾਂਗੇ ਆਪਾਂ ਰਾਈਟ ਐਂਗਲ ਟ੍ਰਾਇਐਂਗਲ ਠੀਕ ਹੈ ਇਹਨੂੰ ਕਹਿੰਦੇ ਆਪਾਂ ਰਾਈਟ ਐਂਗਲ 90 ਡਿਗਰੀ 90 ਡਿਗਰੀ ਕੋਣ ਆਪਾਂ ਬੋਲਦੇ ਰਾਈਟ ਐਂਗਲ ਜਾਂ ਸਮਕੋਣ ਦੈਨ ਆਪਾਂ ਬੋਲਦੇ ਹਾਂ ਸਮਕੋਣ ਤ੍ਰਿਕੋਣ ਨੂੰ ਰਾਈਟ ਐਂਗਲ ਟ੍ਰਾਇਐਂਗਲ ਆਪਾਂ ਇਹ ਕਰਦੇ ਆ ਇਹ ਬਣਾਉਂਦੇ ਆ ਆਪਾਂ ਇੱਕ ਸਮਕੋਣ ਤ੍ਰਿਕੋਣ ਹੁਣ ਜੋ ਵੀ ਸਮਕੋਣ ਤ੍ਰਿਕੋਣ ਬਣੇਗੀ ਜਿਹੜੀ ਵੀ ਸਮਕੋਣ ਤ੍ਰਿਕੋਣ ਬਣੂਗੀ ਜਾਂ ਰਾਈਟ ਐਂਗਲ ਟ੍ਰਾਇਐਂਗਲ ਬਣੂਗੀ ਉਹਦੇ 'ਚ ਇੱਕ ਕੋਣ ਕਿੰਨਾ ਹੋਊਗਾ 90 ਉਹ ਕਿਹੜਾ ਹੋਊਗਾ ਜਿਹੜਾ ਬਿਲਕੁਲ ਇਸ ਤਰ੍ਹਾਂ ਸਿੱਧਾ ਹੋਊਗਾ ਜਾਂ ਇੱਦਾਂ ਬਣ ਜੇ ਇਨਸਾਈਡ ਤੋਂ ਬਣ ਜੇ ਕਿਸੇ ਵੀ ਤਰ੍ਹਾਂ ਬਣੇ ਆਹ ਚੀਜ਼ ਬਣਦੀ ਹੈ ਜਿਹੜਾ ਇੱਧਰ ਬਣ ਗਈ ਇੱਧਰ ਬਣ ਗਈ ਠੀਕ ਹੈ ਨਾ ਉੱਠਾ ਸਿੱਧਾ ਜਿਸ ਸਾਈਡ ਤੋਂ ਮਰਜ਼ੀ ਬਣੇ ਆਪਣੇ ਕੋਲ ਜਦੋਂ ਇਸ ਤਰ੍ਹਾਂ ਚੀਜ਼ ਬਣ ਗਈ ਹੈਗੀ ਆ ਤਾਂ ਉਹਨੂੰ ਆਪਾਂ ਸਮਕੋਣ ਤ੍ਰਿਕੋਣ ਕਹਾਂਗੇ ਕਲੀਅਰ ਹੁਣ ਇਹ ਅਗਰ ਆਪਾਂ ਨੂੰ ਪੁੱਛਿਆ ਜਾਂਦਾ ਕਿ ਦੱਸੋ ਇਹ ਸਮਕੋਣ ਤ੍ਰਿਕੋਣ ਹੈ ਜਾਂ ਨਹੀਂ ਠੀਕ ਹੈ ਸਮਕੋਣ ਤ੍ਰਿਕੋਣ ਕਦੋਂ ਹੁੰਦੀ ਹੈ ਉਦੋਂ ਹੁੰਦੀ ਹੁਣ ਦੇਖੋ ਇਹਦੇ 'ਚ ਆਪਣੇ ਕੋਲ ਕਿੰਨੀਆਂ ਭਜਾਵਾਂ ਨੇ 3 ਭਜਾਵਾਂ ਨੇ ਨਾ ਧਿਆਨ ਨਾਲ ਸਮਝਣਾ ਕਿੰਨੀਆਂ ਭਜਾਵਾਂ ਨੇ ਆਪਣੇ ਕੋਲ ਤਿੰਨ ਜਿਹਦੇ ਵਿੱਚ ਆਪਣੇ ਕੋਲ ਇਹਨੂੰ ਆਪਾਂ ਜਿਹੜੀ ਇਸ ਤਰ੍ਹਾਂ ਤਿਰਛੀ ਹੁੰਦੀ ਆ ਜਿਹੜੀ ਤਿਰਛੀ ਹੁੰਦੀ ਨਾ ਆਪਣੇ ਕੋਲ ਜਾਂ 90 ਦੇ ਸਾਹਮਣੇ ਹੁੰਦੀ ਉਹਨੂੰ ਆਪਾਂ ਕਰਨ ਬੋਲਦੇ ਹਾਂ ਕੱਟਾ ਰਾਰਾ ਲਾਣਾ ਕਰਨ ਬੋਲਦੇ ਉਹਨੂੰ ਆਪਾਂ ਜਿਹਨੂੰ ਆਪਾਂ ਇਸ ਤਰ੍ਹਾਂ ਲਿਖਦੇ ਹਾਂ ਠੀਕ ਹੈ ਇੱਕ ਆਪਣੇ ਕੋਲ ਹੁੰਦੀ ਆ ਇਹ ਵਾਲੀ ਜਿਹੜੀ ਨੀਚੇ ਵਾਲੀ ਉਹਨੂੰ ਬੇਸ ਬੋਲ ਦਿੰਦੇ ਹਾਂ ਜਿਹੜੀ ਇਹ ਵਾਲੀ ਇਹਨੂੰ ਆਪਾਂ ਬੋਲਦੇ ਹਾਂ ਪਰਪੈਂਡੀਕੂਲਰ ਠੀਕ ਹੈ ਆਧਾਰ ਦੈਨ ਲਾ ਠੀਕ ਹੈ ਜਿਹੜੀ ਤਿਰਛੀ ਹੁੰਦੀ ਉਹਨੂੰ ਆਪਾਂ ਕੀ ਲਿਖਦੇ ਹਾਂ ਐਚ ਕਾਰਨ ਜਿਹੜੀ ਨੀਚੇ ਵਾਲੀ ਸਾਈਡ ਹੁੰਦੀ ਉਹਨੂੰ ਆਪਾਂ ਕੀ ਲਿਖਦੇ ਹਾਂ ਆਧਾਰ ਜਾਂ ਬੇਸ ਵੀ ਤੇ ਜਿਹੜੀ ਸਿੱਧੀ ਹੁੰਦੀ ਬਿਲਕੁਲ ਉਹਨੂੰ ਆਪਾਂ ਲਿਖਦੇ ਹਾਂ ਪਰਪੈਂਡੀਕੂਲਰ ਜਾਂ ਲੰਬ ਹੁਣ ਆਪਾਂ ਇਹ ਕਰਨਾ ਆਪਾਂ ਤਿੰਨੇ ਭਿਆਵਾਂ ਦਾ ਬਾਰੇ ਕਰਨਾ ਹੁੰਦਾ ਐਚ ਦਾ ਬਾਰੇ ਤੋਂ ਬੀ ਦਾ ਬਾਰੇ ਤੋਂ ਪੀ ਦਾ ਬਾਰੇ ਤਿੰਨਾਂ ਦਾ ਬਾਰੇ ਕਰਤਾ ਤਿੰਨਾਂ ਦਾ ਬਾਰੇ ਕੀ ਹੁੰਦਾ ਮਤਲਬ ਕਿ ਮਤਲਬ ਕਿ ਇੱਥੇ ਕੋਈ ਨਾ ਕੋਈ ਡੈਬੀ ਹੋਊਗੀ 4-5 ਵਾਲੇ ਮੰਨ ਲਓ ਕਿ ਐਚ ਕਿੰਨਾ ਆਪਣੇ ਕੋਲ ਇਹ 5 ਆ ਐਚ 5 ਆ ਜਿਹੜਾ ਬੀ ਆ ਆਪਣੇ ਕੋਲ 3 ਆ ਜਿਹੜਾ ਪੀ ਆ ਉਹ ਕਿੰਨਾ ਆ ਆਪਣੇ ਕੋਲ 4 5-3-4 ਹੋ ਗਈ ਮਤਲਬ ਕਿ ਇੱਥੇ ਕੀ ਹੈ ਐਚ ਕਿੰਨਾ ਆਪਣੇ ਕੋਲ 5 ਦਾ ਕੀ ਹੋ ਗਿਆ ਵਰਗ 2 ਬੀ ਕਿੰਨਾ ਵਾ 3 ਦਾ ਵਰਗ ਹੋ ਗਿਆ ਪੀ ਕਿੰਨਾ 4 ਦਾ ਵਰਗ ਹੋ ਗਿਆ ਹੁਣ ਵਰਗ ਦਾ ਮਤਲਬ ਕੀ ਹੁੰਦਾ ਜਦੋਂ ਵੀ ਉੱਪਰ ਕਿਸੇ ਦੇ 2 ਲਿਖਿਆ ਹੋਵੇ ਘਾਤ ਇਹਨੂੰ ਆਪਾਂ ਘਾਤ ਬੋਲਦੇ ਹਾਂ ਠੀਕ ਹੈ ਇਹਨੂੰ ਬੋਲਦੇ ਆਪਾਂ ਘਾਤ ਇਹਦੇ 'ਚ ਘਾਤ ਕਿੰਨੀ ਆਪਾਂ ਲਿਖੀ ਆ 2 ਘਾਤ ਹੁੰਦੀ ਉੱਪਰ ਕਿੰਨੀ ਚੀਜ਼ ਦੀ ਪਾਵਰ ਉਹਦੀ ਕਿੰਨੀ ਆ 5 ਮਤਲਬ ਕਿੰਨੀ ਵਾਰੀ ਲਿਖਾਂਗੇ ਆਪਾਂ 2 ਵਾਰੀ ਧਿਆਨ ਨਾਲ ਸਮਝਣਾ ਠੀਕ ਹੈ ਇਸ ਗੱਲ ਨੂੰ ਘਾਤ ਉਹ 5×5 ਆਪਾਂ 5 ਦਾ ਪਹਾੜਾ 5 ਤੱਕ ਪੜਾਂਗੇ ਜਦੋਂ ਵੀ ਵਰਗ ਕਿਹਾ ਜਾਂਦਾ ਨਾ ਵਰਗ ਦਾ ਮਤਲਬ ਹੁੰਦਾ 2 ਤੇ ਜਦੋਂ ਵੀ ਵਰਗ ਕਿਹੜਾ ਉਹਦਾ ਆਪਾਂ 2 ਕਰ ਦੇਣਾ ਉਸ ਸੰਖਿਆ ਨੂੰ ਆਪਾਂ 2 ਵਾਰੀ ਗੁਣਾ ਕਰ ਦੇਣੀ ਆ ਤੇ ਉਸੇ ਸੰਖਿਆ ਨੂੰ ਉਸੇ ਸੰਖਿਆ ਦੇ ਨਾਲ ਗੁਣਾ ਕਰਦੀ ਆ 5×2 ਆ ਨਾ 5×5 ਕੀਤਾ ਆਪਾਂ 5×5 ਆ ਗਿਆ ਹੁਣ 3 ਆ 3×3 ਕਿੰਨਾ ਆ ਗਿਆ ਆਪਣੇ ਕੋਲ 9 ਕੀ ਆ ਗਿਆ ਆਪਣੇ ਕੋਲ 9 4 ਆ 4×4 4 ਚੋਕੇ 16 ਧਿਆਨ ਰੱਖਣਾ ਗੋੜ ਨਹੀਂ ਕਰਨਾ ਪਹਾੜਾ ਪੜ੍ਹਨਾ 3 ਦਾ ਪੜ੍ਹਨਾ 3 ਤੱਕ 4 ਦਾ 4 ਤੱਕ 7 ਦਾ 7 ਦਾ 7 ਤੱਕ ਠੀਕ ਹੈ ਇਹਨੂੰ ਆਪਾਂ ਕਹਿੰਦੇ ਹਾਂ ਵਰਗ ਹੁਣ ਆਪਾਂ ਧਿਆਨ ਨਾਲ ਵੇਖੀਏ ਕਿ ਇਹਨਾਂ ਦੋ ਭਿਆਵਾਂ ਨਾਲ ਜੋੜ ਕਰੀਏ ਆਪਾਂ ਆਹ ਦੋ ਭਿਆਵਾਂ ਨਾਲ 16 ਤੇ 9 ਇਹਨੂੰ ਆਪਾਂ ਜੋੜ ਕਰਦੇ ਆਪਣੇ ਕੋਲ ਕਿੰਨਾ ਆ ਗਿਆ 25 ਆ ਗਿਆ ਆਪਣੇ ਕੋਲ ਹੁਣ ਜਦੋਂ ਵੀ ਆਪਾਂ ਇਹ ਦੱਸਣਾ ਕਿ ਇਹ ਤ੍ਰਿਕੋਣ ਕੋਈ ਵੀ ਸਮਕੋਣ ਤ੍ਰਿਕੋਣ ਹੈ ਜਾਂ ਨਹੀਂ ਠੀਕ ਤਾਂ ਆਪਾਂ ਹਮੇਸ਼ਾ ਦੋ ਭਿਆਵਾਂ ਦਾ ਪਹਿਲਾਂ ਤਿੰਨਾਂ ਦਾ ਵਰਗ ਕੀਤਾ ਤਿੰਨਾਂ ਦਾ ਵਰਗ ਕਰਨ ਤੋਂ ਬਾਅਦ ਆਪਾਂ ਦੋ ਭਿਆਵਾਂ ਨੂੰ ਜੋੜ ਕੇ ਇਹ ਵੇਖਣਾ ਕਿ ਉਹਦਾ ਜਿਹੜਾ ਜੋੜਿਆ ਉਹ ਤੀਜੀ ਦੇ ਬਰਾਬਰ ਆਉਂਦਾ ਕਿ ਨਹੀਂ ਆਉਂਦਾ ਠੀਕ ਹੈ ਆਪਾਂ ਇਹ ਵੇਖਣਾ ਕਿ ਆਧਾਰ ਨੂੰ ਤੇ ਲੰਬ ਨੂੰ ਵਰਗ ਕਰਕੇ ਦੋ ਵਾਰੀ ਗੁਣਾ ਕਰਕੇ ਉਹਨੂੰ ਸੰਖਿਆ ਨੂੰ ਜੋੜਿਆ ਜਾਵੇ ਕਿ ਉਹ ਕਰਨ ਦੇ ਬਰਾਬਰ ਆਉਂਦਾ ਕਿ ਨਹੀਂ ਆਉਂਦਾ ਹੁਣ ਇਹਨਾਂ ਦਾ ਵਰਗ ਕੀਤਾ 9 ਤੇ 16 ਆਇਆ ਉਹਨੂੰ ਜੋੜਿਆ 25 ਬਣ ਗਿਆ ਆਪਣੇ ਕੋਲ ਇਹਦੇ ਬਰਾਬਰ ਆ ਗਿਆ ਜਦੋਂ ਇਸ ਤਰ੍ਹਾਂ ਚੀਜ਼ ਆ ਗਈ ਤਾਂ ਇਹ ਆਪਣੇ ਕੋਲ ਕੀ ਆ ਸਮਕੋਣ ਤ੍ਰਿਕੋਣ ਫਿਰ ਆਪਾਂ ਉਹਨੂੰ ਸਮਕੋਣ ਤ੍ਰਿਕੋਣ ਕਵਾਂਗੇ ਕਲੀਅਰ ਹੁਣ ਆਪਾਂ ਆਪਣੇ ਕੁਐਸਚਨ ਤੇ ਆਈਏ ਠੀਕ ਹੈ ਆਹ ਚੀਜ਼ ਇਹਦਾ ਮਤਲਬ ਕੀ ਹੋ ਗਿਆ ਮਤਲਬ ਕਿ ਆਪਣੇ ਕੋਲ ਐਚ ਜਿਹੜਾ ਵਰਗ ਬਰਾਬਰ ਹੁੰਦਾ ਹੈ ਪੀ ਦਾ ਵਰਗ ਜਮਾ ਪੀ ਦਾ ਵਰਗ ਇਹੀ ਬਣਿਆ ਨਾ ਮਤਲਬ ਕਿ 25 ਇੱਧਰ ਆ ਗਿਆ ਇਹ 25 ਬਣਿਆ ਸੀ ਆਹ ਕਿੰਨਾ ਬਣੀ 9 ਆਹ ਕਿੰਨਾ ਬਣੀ 16 ਇਹ ਚੀਜ਼ ਬਣ ਗਈ ਕਿ ਇਹਦਾ ਜਿਹੜਾ ਵਰਗ ਹੁੰਦਾ ਆਹ ਵਰਗ ਜਿਹੜਾ ਇਹਨਾਂ ਦੋਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਬਰਾਬਰ ਹੁੰਦਾ ਆ
ਇਹਨੂੰ ਆਪਾਂ ਚੀਜ਼ ਨੂੰ ਕਹਿੰਦੇ ਆ ਪਾਇਥਾਗੋਰਸ ਥਿਉਰਮ। ਪਾਇਥਾਗੋਰਸ ਥਿਉਰਮ ਥਿਉਰਮ ਨਾਮ ਸੀਗਾ ਪਾਇਥਾਗੋਰਸ ਕਿਸੇ ਬੰਦੇ ਦਾ, ਮੈਥਮੈਟੀਸ਼ੀਅਨ ਸੀਗਾ, ਉਹਨੇ ਦਿੱਤਾ ਸੀ ਇਹ ਚੀਜ਼ ਕਿ ਇਸ ਤਰ੍ਹਾਂ ਹੁੰਦਾ ਹੈ। ਠੀਕ ਹੈ, ਕੁਸਚਨ ਹੈ ਆਪਣੇ ਕੋਲ ਫਸਟ, ਇੱਕ ਟ੍ਰਾਇੰਗਲ ਆ ਪੀ ਕਿਊ ਆਰ, ਪੀ ਕਿੰਨਾ, ਪੀ ਕਿਊ ਕਿੰਨਾ ਦਿੱਤਾ 10, ਪੀ ਆਰ ਕਿੰਨਾ ਦਿੱਤਾ 24। ਆਪਾਂ ਇੱਕ ਸਮਕੋਣ ਟ੍ਰਾਇੰਗਲ ਬਣਾ ਲਈ ਜਿਹਦੇ ਵਿੱਚ ਇੱਕ ਚੀਜ਼ ਪੀ ਆਰ, ਕਿਊ ਆ ਤੇ ਆਰ ਆ, ਪੀ ਕਿਊ ਆਰ, ਆ ਬਣ ਗਿਆ ਤਿੰਨ ਨਾਮ ਰੱਖ ਲਏ। ਪੀ ਕਿਊ ਕਿੰਨੀ ਆ ਆਪਣੇ ਕੋਲ 10, ਪੀ ਆਰ ਕਿੰਨੀ ਆ 24। ਆਪਣੇ ਕੋਲ ਹੈ ਨਹੀਂ ਇਹ, ਆਪਾਂ ਪਤਾ ਕਰ ਲਈ ਮਤਲਬ ਇਹ ਤੀਜੀ ਪੁਜਾਇਆ ਪੀ ਆਰ ਆ ਉਹ ਪਤਾ ਕਰ ਲਈ। ਹੁਣ ਇਹ ਆਪਣੇ ਕੋਲ ਕੀ ਆ ਆਧਾਰ, ਮਤਲਬ ਕਿ ਬੀ ਆ, ਇਹ ਕੀ ਆ ਪੀ ਆਰ, ਕੀ ਆ ਐਚ। ਕਲੀਅਰ, ਹੁਣ ਆਪਣੇ ਕੋਲ ਪਾਇਥਾਗੋਰਸ ਥਿਉਰਮ ਕੀ ਹੁੰਦੀ ਆ, ਪਾਇਥਾਗੋਰਸ ਥਿਉਰਮ ਐਚ ਦਾ ਵਰਗ ਬਰਾਬਰ ਕਿਹਦੇ ਹੁੰਦਾ ਹੈ, ਬੀ ਦਾ ਵਰਗ ਜਮਾ ਪੀ ਦਾ ਵਰਗ, ਇਹੀ ਹੁੰਦਾ ਹੈ। ਹੁਣ ਆਪਾਂ ਐਚ ਤਾਂ ਹੈ ਨਹੀਂ ਆਪਣੇ ਕੋਲ, ਆਹ ਚੀਜ਼ ਹੈ ਨਹੀਂ ਆਪਣੇ ਕੋਲ ਪੀ ਆਰ, ਠੀਕ ਹੈ, ਐਚ ਦਾ ਵਰਗ ਕੀਤਾ ਆਪਾਂ, ਇਹ ਕਿੰਨਾ ਹੈ 10, ਇਹਦੀ ਜਗ੍ਹਾ ਆਪਾਂ 10 ਲਿਖਿਆ, 10 ਦਾ ਵਰਗ ਜਮਾ ਇਹ ਕਿੰਨਾ 24 ਦਾ ਵਰਗ। ਹੁਣ ਆਪਾਂ 10 ਦਾ ਵਰਗ ਕਰੀਏ ਆਪਣੇ ਕੋਲ ਆ ਗਿਆ 10 ਗੁਣਾ 10, ਕਿੰਨਾ ਆ ਗਿਆ ਆਪਣੇ ਕੋਲ 100 ਗੁਣਾ 100। ਇਸ ਲਈ ਆਪਾਂ 24 ਆ, 24 ਦਾ ਵਰਗ ਕਰੀਏ ਆਪਣੇ ਕੋਲ ਆ ਗਿਆ 24 ਗੁਣਾ 24, 24 24 ਹੁੰਦੇ ਆਪਣੇ ਕੋਲ 576। ਗੁਣਾ ਕਰਕੇ ਚੈੱਕ ਕਰ ਲੈਣਾ, 24 ਨਾਲ ਮਲਟੀਪਲਾਈ ਕਰਕੇ 576 ਆ ਗਿਆ। ਐਚ ਦਾ ਵਰਗ ਆ ਗਿਆ, ਇਹਦੀ ਜਗ੍ਹਾ ਤੇ ਲਿਖਾਂਗੇ ਆਪਾਂ 100, ਕਲੀਅਰ, ਪਲੱਸ ਇਹਦੀ ਜਗ੍ਹਾ ਤੇ 576 ਲਿਖਾਂਗੇ। ਠੀਕ ਹੈ, ਹੁਣ ਆ ਗਿਆ ਆਪਣੇ ਕੋਲ ਐਚ ਦਾ ਵਰਗ, ਇਹ ਕਿੰਨਾ ਆ ਗਿਆ ਆਪਣੇ ਕੋਲ 676। ਹੁਣ ਜਿਹੜਾ ਐਚ ਦਾ ਵਰਗ ਹੈ ਆਪਾਂ ਇਹ ਦੇਖਣਾ ਕਿ ਆ ਐਚ ਜਿਹੜੀ ਆਪਣੇ ਕੋਲ ਕਿੰਨੀ ਆ, ਐਚ ਕਿੰਨੀ ਆਊਗੀ ਆਪਣੇ ਕੋਲ, ਆਪਾਂ ਇਹ ਦੇਖਣਾ ਕਿ ਇੱਧਰ ਕਿਹੜਾ ਨੰਬਰ ਆਉਂਦਾ ਜਿਹਦਾ ਵਰਗ 626 ਬਣੇ। ਕਲੀਅਰ, ਦੇਖੋ 24 ਦਾ ਵਰਗ ਕਰੀਏ 576, 24 ਦਾ 576 ਆਉਂਦਾ, ਇਹ 676 ਆ, ਮਤਲਬ 24 ਤੋਂ ਬਾਅਦ ਕੋਈ ਨੰਬਰ ਆਊਗਾ। ਕਲੀਅਰ ਹੈ, 24 ਦਾ 576 ਆ, ਆਪਾਂ ਨੂੰ ਕਿੰਨਾ ਚਾਹੀਦਾ 600 676, ਉਹ ਹੈ ਨਾ ਬਾਅਦ ਦਾ ਨੰਬਰ ਆਊਗਾ 24 ਤੋਂ ਬਾਅਦ। ਆਪਾਂ 26 ਨੂੰ ਕਰਕੇ ਦੇਖਦੇ, 26 ਨਾਲ ਗੁਣਾ, 6 6 36, 3 6 2 12 3 15 ਗੁਣਾ 2 6 12 1 2 2 4 ਤੇ 1 5 6 7 ਤੇ 6 676 ਆ ਗਿਆ ਆਪਣੇ ਕੋਲ। ਯੈਸ ਸਰ, ਆਪਣੇ ਕੋਲ ਇਹਦਾ ਆਨਸਰ ਕਿੰਨਾ ਆ ਗਿਆ, h ਬਰਾਬਰ ਕਿੰਨਾ ਆ ਜਿਹੜਾ 26 ਇਕੱਲਾ ਹੀ, ਤੁਸੀਂ ਆਹ ਚੀਜ਼ ਲਿਖਣੀ ਨਹੀਂ 26 ਇਕੱਲਾ ਹੀ। ਠੀਕ ਹੈ, ਆਹ ਵਾਲਾ ਵਰਗ ਜਿਹੜਾ ਇਹ ਹਟ ਜਾਣਾ ਇੱਥੋਂ, ਇਸ ਲਈ ਆਪਣੇ ਕੋਲ ਜਿਹੜਾ ਪੀ ਕਿਊ ਕਿੰਨਾ ਆ ਗਿਆ, ਇਹ ਕਿੰਨੀ ਆ ਗਈ ਆਪਣੇ ਕੋਲ 26 ਆ। ਕਲੀਅਰ, ਫਿਰ ਆਪਣੇ ਕੋਲ ਤਿੰਨ ਕੁਝ ਆ, ਏ ਬੀ ਸੀ, ਸੀ ਸਮਕੋਣ ਆ, ਮਤਲਬ ਇਹ ਸੀ ਤੇ ਕੀ ਹੈ 90 ਡਿਗਰੀ ਦਾ ਕੋਣ ਹੈ, ਤਿੰਨ ਕੁਝ ਬਣਾਈ ਆਪਾਂ ਏ ਬੀ ਸੀ, ਪਹਿਲਾਂ ਕੋਈ ਵੀ ਤਿੰਨ ਕੁਝ ਤੁਸੀਂ ਇੱਦਾਂ ਬਣਾ ਲੈਣੀ ਆ, ਬਣ ਗਈ, ਉਹਦੇ ਨਾਮ ਬਾਅਦ ਚ ਰੱਖਣੇ ਆ। ਹੁਣ ਸਮਕੋਣ ਕਿੱਥੇ ਬਣ ਰਿਹਾ, ਆਪਣੇ ਪੁਆਇੰਟ ਤੇ, ਹੁਣ ਸਮਕੋਣ ਕਿੱਥੇ ਆ, ਸੀ ਤੇ, ਮਤਲਬ ਇਸ ਪੁਆਇੰਟ ਦਾ ਨਾਮ ਕੀ ਹੋਊਗਾ, ਸੀ ਹੋਊਗਾ ਆਪਣੇ। ਫਿਰ ਹੈਗਾ ਆਪਣੇ ਕੋਲ ਏ ਬੀ 25 ਤੇ ਏ ਸੀ ਕਿੰਨੀ ਹੈ 7, ਹੁਣ ਇੱਥੋਂ ਇੱਕ ਨਾਮ ਆਪਾਂ ਰੱਖਾਂਗੇ ਏ, ਇਹਨੂੰ ਰੱਖ ਲਓ ਏ, ਇਹਨੂੰ ਆਪਾਂ ਕਰ ਦਿੰਦੇ ਹਾਂ ਬੀ। ਕਲੀਅਰ, ਹੁਣ ਏ ਬੀ ਕਿੰਨੀ ਆ 25, ਆਹ ਕਿੰਨੀ ਆ ਆਪਣੇ ਕੋਲ 25, ਏ ਸੀ ਕਿੰਨੀ ਆ ਆਪਣੇ ਕੋਲ 7, ਤੁਸੀਂ ਇਸ ਤਰ੍ਹਾਂ ਏ ਲਿਖਿਆ, ਏ ਬੀ, ਏ ਸੀ ਆ ਗਈ ਆਪਣੇ ਕੋਲ 7, ਕਿਉਂਕਿ ਛੋਟੀ ਸੀ ਨਾ ਇਹ, ਏ ਬੀ ਸਭ ਤੋਂ ਪਹਿਲਾਂ ਵੱਡੀ ਬਣ ਗਈ ਸੀ, ਏ ਬੀ ਕਿੰਨੀ ਆ 25, ਤੇ ਆਪਣੇ ਕੋਲ ਰਹਿ ਕੀ ਗਈ ਆਪਣੇ ਕੋਲ ਬੀ ਸੀ ਜਿਹੜੀ ਆਪਣੇ ਕੋਲ, ਆਹ ਵਾਲੀ ਆਪਾਂ ਪਤਾ ਕਰ, ਠੀਕ ਹੈ, ਧਿਆਨ ਨਾਲ ਸਮਝਣਾ ਹੁਣ, ਇਹ ਹੋ ਗਿਆ ਆਪਣੇ ਕੋਲ ਬੀ, ਇਹਨੂੰ ਐਚ ਕਹਿੰਦੇ ਆਪਾਂ, ਇਹਨੂੰ ਕੀ ਕਹਿੰਦੇ ਆਪਾਂ, ਬੀ ਕਹਿੰਦੇ ਆ। ਹੁਣ ਆਪਣੇ ਕੋਲ ਪਾਇਥਾਗੋਰਸ ਥਿਉਰਮ ਕੀ ਹੈ, ਐਚ ਦਾ ਵਰਗ ਜਮਾ ਬੀ ਦਾ ਸਕੇਅਰ ਜਮਾ ਪੀ ਦਾ ਸਕੇਅਰ, ਹੁਣ ਧਿਆਨ ਨਾਲ ਸਮਝਣਾ ਇੱਥੇ ਗੱਲ, ਠੀਕ ਹੈ, ਜਦੋਂ ਤੁਸੀਂ ਐਚ ਕੱਢਣੀ ਹੋਵੇ, ਜੇ ਐਚ ਕੱਢਣੀ ਸੀਗਾ ਜਦੋਂ ਆਪਾਂ ਤਿਰਛੀ ਵਾਲੀ ਸਾਈਡ ਕੱਢਣੀ, ਇਹਦਾ ਵੀ ਵਰਗ ਕਰ ਦਿਓ, ਇਸ ਸਾਈਡ ਦਾ ਵਰਗ ਕਰ ਦਿਓ, ਆਪਣੇ ਕੋਲ ਸਾਈਡ ਆ ਜਾਂਦੀ ਹੈ। ਕਲੀਅਰ, ਹੁਣ ਆਪਾਂ ਇੱਧਰ ਦੀ ਸਾਈਡ ਪਤਾ ਕਰਨੀ ਨਾ, ਧਿਆਨ ਨਾਲ ਆਪਾਂ ਇੱਧਰੋਂ ਪਤਾ ਕਰਨੀ ਹੈ, ਇਹ ਵਾਲੀ ਪਤਾ ਕਰਨੀ ਨਾ ਆਪਾਂ ਪੀ, ਜਦੋਂ ਇਹ ਪਤਾ ਕਰਨੀ ਇਹਦੇ ਤੋਂ ਜਿਹੜੀ ਦਿੱਤੀ ਗਈ ਆ ਉਹਨੂੰ ਆਪਾਂ ਇੱਧਰ ਮਾਈਨਸ ਕਰਨਾ, ਠੀਕ ਹੈ, ਉਹ ਲਿਖਣਾ ਆਪਾਂ ਹੋਈ ਆ ਪਾਇਥਾਗੋਰਸ ਥਿਉਰਮ ਹੈ ਕਿ ਆਪਣੇ ਕੋਲ ਇਹ ਕਿੰਨਾ ਐਚ ਕਿੰਨਾ ਵਾ 25 ਦਾ ਵਰਗ ਬਰਾਬਰ ਕੀ ਆਊਗਾ 7 ਦਾ ਵਰਗ, ਇਹ ਹੋ ਗਿਆ 7 ਇਹ 7 ਦਾ ਵਰਗ ਜਮਾ ਐਚ ਕੀ ਆ ਬੀ ਸੀ, ਬੀ ਸੀ ਆ ਨਾ ਜਾਂ ਪੀ ਜਾਂ ਬੀ ਸੀ ਕੁਛ ਨਹੀਂ, ਉਹ ਬੀ ਸੀ ਪਤਾ ਕਰਨੀ, ਬੀ ਸੀ ਐਚ ਕੀ ਆ ਬੀ ਸੀ ਦਾ ਵਰਗ। ਹੁਣ 25 ਦਾ ਆਪਾਂ ਕੀਤਾ, 25 ਹੁੰਦਾ 625, 25 ਨੂੰ 25 ਨਾਲ ਗੁਣਾ ਕਰੋ 625, ਇਹ ਆ ਗਿਆ 77,
ਉਣੰਜਾ ਉਣੰਜਾ ਜਿਵੇਂ ਬੀ ਸੀ ਦਾ ਵਰਗ ਆ ਗਿਆ। ਵਰਗ ਹੁਣ ਇਹ 576 ਆਪਾਂ ਉੱਪਰ ਕੱਢ ਕੇ ਆਣੇ 576 ਕਿਹੜੀ ਸੰਖਿਆ ਨੂੰ ਗੁਣਾ ਕਰਕੇ ਆਉਂਦਾ 24 24 ਠੀਕ ਆ ਇਹਦਾ ਮਤਲਬ ਇਹ ਬੀ ਸੀ ਆ ਆਪਣੇ ਕੋਲ ਕਿੰਨੀ ਆ ਗਈ 24 ਆ ਗਈ ਵਰਗ ਇੱਥੇ ਬਣ ਗਿਆ 24 ਦਾ ਵਰਗ ਬਰਾਬਰ ਬੀ ਸੀ ਦਾ ਵਰਗ ਆ ਬਣ ਗਿਆ ਵਰਗ ਵਰਗ ਦੋਨਾਂ ਦੇ ਇਕੱਠੇ ਗਏ ਬੀ ਸੀ ਬਣਾ ਗਿਆ 24 ਠੀਕ ਹੈ। ਨੈਕਸਟ ਕੁਐਸਚਨ ਆਉਂਦਾ ਕਹਿੰਦਾ ਇੱਕ ਦੀਵਾਰ ਆ ਦੀਵਾਰ ਦੇ ਉੱਪਰ ਇੱਕ ਜਿਹੜਾ ਕਹਿੰਦਾ ਖਿੜਕੀ ਲੱਗੀ ਹੋਈ ਆ ਠੀਕ ਆ ਵਿੰਡੋ ਲੱਗੀ ਹੋਈ ਆ ਇੱਥੇ ਆਪਾਂ ਨੇ ਇੱਕ ਜ਼ਮੀਨ ਤੋਂ ਪੌੜੀ ਲਾਈ ਜਿਹੜੀ ਪੌੜੀ ਲਈ ਲਿਖਿਆ ਨਾ ਪੌੜੀ ਜਿਹੜੀ ਪੌੜੀ ਲਗਾਈ ਹੋਈ ਤਾਂ ਦੀਵਾਰ ਨਾਲ ਜਦੋਂ ਲੱਗੀ ਉਹ ਖਿੜਕੀ ਤੱਕ ਪਹੁੰਚ ਗਈ ਕਿੱਥੇ ਤੱਕ ਪਹੁੰਚ ਗਈ ਆਪਣੇ ਕੋਲ ਖਿੜਕੀ ਤੱਕ ਪਹੁੰਚ ਗਈ ਤੇ ਕਹਿੰਦੇ ਜਿਹੜੀ ਪੌੜੀ ਆ ਨਾ ਪੌੜੀ ਦੀ ਲੰਬਾਈ ਕਿੰਨੀ ਆ 15 ਮੀਟਰ ਪੌੜੀ ਲੰਬਾਈ 15 ਮੀਟਰ ਮਤਲਬ ਤਿਰਛੀ ਆ ਨਾ ਇਹ ਕੀ ਹੋ ਗਿਆ ਆਪਣੇ ਕੋਲ ਐਚ ਆ ਹੋ ਗਿਆ ਆਪਣੇ ਕੋਲ ਬੀ ਆ ਹੋ ਗਿਆ ਆਪਣੇ ਕੋਲ ਬੀ ਹੁਣ ਆ ਹੋ ਗਈ ਦੀਵਾਰ ਦੀਵਾਰ ਕਿੰਨੀ ਆ 12 ਮੀਟਰ ਤੇ ਕਹਿੰਦਾ ਦੱਸੋ ਜਿਹੜੀ ਪੌੜੀ ਆ ਨਾ ਉਹ ਦੀਵਾਰ ਤੋਂ ਆ ਪੌੜੀ ਹੈ ਨਾ ਆਪਾਂ ਇਹ ਦੱਸਣਾ ਕਿ ਪੌੜੀ ਦੀਵਾਰ ਤੋਂ ਕਿੰਨੀ ਦੂਰ ਆ ਠੀਕ ਹੈ ਆਪਾਂ ਇਹ ਚੀਜ਼ ਦੱਸਣੀ ਮਤਲਬ ਕਿ ਆ ਵਾਲੀ ਚੀਜ਼ ਦੱਸਣੀ ਕਿ ਪੌੜੀ ਦੀਵਾਰ ਤੋਂ ਕਿੰਨੀ ਦੂਰ ਆ ਮਤਲਬ ਕਿ ਆਪਾਂ ਇੱਥੇ ਖੜੇ ਇੱਥੋਂ ਪੌੜੀ ਆਪਾਂ ਲਗਾਉਂਦੇ ਕੰਧ ਦੇ ਨਾਲ ਧਿਆਨ ਨਾਲ ਸਮਝੋ ਮੇਜ਼ਰ ਕਰੋ ਕਿ ਇੱਥੇ ਆ ਕਿ ਇਸ ਤਰ੍ਹਾਂ ਆਪਾਂ ਪੌੜੀ ਲਗਾ ਦਿੱਤੀ ਮੰਨ ਲਓ ਕਿ ਆ ਆ ਹੋ ਗਈ ਦੀਵਾਰ ਆਪਣੇ ਕੋਲ ਇੱਦਾਂ ਪੌੜੀ ਲੱਗ ਗਈ ਪੌੜੀ ਲੱਗ ਗਈ ਹੁਣ ਆ ਤਾਂ ਆਪਣੇ ਕੋਲ ਕੀ ਆ ਦੀਵਾਰ ਆ ਕੀ ਆ ਪੌੜੀ ਤੇ ਆਪਾਂ ਧਿਆਨ ਨਾਲ ਵੇਖੋ ਯਾਰ ਆਪਾਂ ਕੀ ਲੱਭਣਾ ਆਪਾਂ ਆ ਲੱਭਣਾ ਕਿ ਆ ਕਿੰਨੀ ਦੂਰ ਹੈ ਇੱਦਾਂ ਪੌੜੀ ਇਹ ਨਾ ਪੌੜੀ ਦਾ ਜਿਹੜਾ ਪੈਰ ਆ ਉਹ ਜ਼ਮੀਨ ਤੋਂ ਕਿੰਨੀ ਦੂਰ ਆ ਆਹ ਵਾਲੀ ਜਗ੍ਹਾ ਆਪਾਂ ਲੱਭਣੀ ਹੈ ਹੁਣ ਆਪਣੇ ਮੈਨੂੰ ਵੀ ਆਪਾਂ ਦੇਖੀਏ ਪਾਇਥਾਗੋਰਸ ਥਿਓਰਮ ਦੇਖੀਏ ਐਚ ਦਾ ਵਰਗ ਬਰਾਬਰ ਆ ਗਿਆ ਆਪਣੇ ਕੋਲ ਬੀ ਦਾ ਵਰਗ ਜਮਾ ਬੀ ਦਾ ਵਰਗ ਹੁਣ ਐਚ ਕਿੰਨਾ ਆਪਣੇ ਕੋਲ 15 ਦੀ ਦੋ ਕਰਤੀ ਬਰਾਬਰ ਬੀ ਕਿੰਨਾ ਆਪਣੇ ਕੋਲ 12 ਦੀ ਦੋ ਕਰਤੀ ਜਮਾ ਆ ਪਤਾ ਕਰਨਾ ਆਪਾਂ 15 ਨੂੰ 15 ਦਾ ਗੁਣਾ ਕੀਤੀ 15 225 ਬਰਾਬਰ 12 ਨੂੰ 12 ਨਾਲ ਦਿੱਤੀ 144 12 144 ਹੁੰਦੇ ਆਪਣੇ ਕੋਲ ਠੀਕ ਹੈ ਬਰਾਬਰ ਆ ਆਪਣੇ ਕੋਲ ਜਮਾ ਆ ਗਿਆ ਬੀ ਦਾ ਵਰਗ ਠੀਕ ਹੈ ਹੁਣ ਫੇਰ ਇੱਕ ਆਪਣੇ ਕੋਲ ਇਹ ਚੀਜ਼ ਬਣ ਗਈ ਸੀ ਠੀਕ ਹੈ ਨਾ ਇਹ ਪਲੱਸ ਚ ਨਹੀਂ ਹੁਣ ਇੱਧਰ ਕੀ ਹੋ ਜੂਵੇ ਆਪਾਂ ਜਿਹੜਾ 225 ਮਾਈਨਸ 144 ਇਕੁਅਲ ਟੂ ਬੀ ਦਾ ਵਰਗ ਹੁਣ ਇਹ ਕਿੰਨਾ ਹੈ ਮਾਈਨਸ ਜੇ 5 ਚ 4 1 2 ਚ 4 ਨਹੀਂ ਹੁੰਦੇ 12 ਬਣੇ 12 ਚ 4 8 ਇੱਥੇ ਇੱਕ ਰਹਿ ਗਿਆ 1 0 ਇਹ ਆ ਗਿਆ ਆਪਣੇ ਕੋਲ ਬੀ ਦਾ ਵਰਗ ਬੀ ਦਾ ਵਰਗ ਬਰਾਬਰ ਆ ਗਿਆ ਹੁਣ ਅਸੀਂ 81 ਆ ਗਿਆ ਹੁਣ ਕਿਹੜੇ ਨੰਬਰ ਨੂੰ ਗੁਣਾ ਕਰੀਏ ਉਸ ਨੰਬਰ ਨਾਲ 81 ਆਉਂਦਾ ਆਪਣੇ ਕੋਲ 9 ਨਾਲ 81 ਹੁੰਦੇ ਨਾ ਇਹ ਆ ਗਿਆ ਮਤਲਬ 9 ਦਾ ਵਰਗ ਆਪਾਂ ਕਰੀਏ 81 ਆਉਂਦਾ ਇਸ ਤੇ ਇਹਦਾ ਵੀ ਵਰਗ ਇਹਦੇ ਵੀ ਵਰਗ ਬੀ ਕਿੰਨਾ ਆ ਗਿਆ 9 ਕਲੀਅਰ ਅਗਲਾ ਸਵਾਲ ਹੈ ਆਪਾਂ ਕਹਿੰਦੇ ਦੱਸੋ ਸਮਕੋਣ ਤ੍ਰਿਭੁਜ ਹੈ ਆ ਸਵਾਲ ਦਿੱਤਾ ਗਿਆ ਕਹਿੰਦਾ ਦੱਸੋ ਕਿ ਸਮਕੋਣ ਤ੍ਰਿਭੁਜ ਹੈ ਜਾਂ ਕਿ ਨਹੀਂ ਹੈ ਕਿੱਦਾਂ ਪਤਾ ਕਰਨਾ ਭਾਈ ਤੇ ਜਿੰਨਾਂ ਦਾ ਵਰਗ ਕੱਢਾਂਗੇ ਵਰਗ ਕੱਢ ਕੇ ਵੇਖਾਂਗੇ 2 ਦਾ ਜੋੜ ਜਿਹੜਾ ਹੈ ਤੀਜੇ ਦੇ ਬਰਾਬਰ ਆਉਂਦਾ ਕਿ ਨਹੀਂ ਆਉਂਦਾ ਪਹਿਲਾਂ ਆਪਾਂ 2.5 ਲਿਖਿਆ 2.5 ਦਾ ਆਪਾਂ ਵਰਗ ਕੱਢ ਲਿਆ ਠੀਕ ਆ 0.5 ਨਾ ਧਿਆਨ ਨਾਲ ਸਮਝਣਾ ਪੁਆਇੰਟ ਦੀ ਗੁਣਾ ਕਿੱਦਾਂ ਹੋਣੀ ਦੇਖੋ ਕਿੱਦਾਂ ਹੋਣੀ ਆ ਆ ਪੁਆਇੰਟ ਹੈ ਨਾ ਪੁਆਇੰਟ ਨੂੰ ਨਹੀਂ ਲਿਖਣਾ ਤੁਸੀਂ ਵਿੱਚ ਜਦੋਂ ਗੁਣਾ ਕਰਦੇ ਨਾ ਪੁਆਇੰਟ ਵਾਲੀ ਸੰਖਿਆ ਦੀ ਸਿੰਪਲ ਗੁਣਾ ਕਰੋ ਜਿੱਦਾਂ ਆਪਾਂ ਕਰਦੇ ਆ ਨੋਰਮਲ ਪੁਆਇੰਟ ਨਾਲ ਲਓ ਪਹਿਲਾਂ 55 ਕਿੰਨੇ ਬਚ ਗਏ 2 5 ਦੂਣੀ 10 10 ਜਮਾ 2 12 12 ਹੀ ਆ ਗਿਆ ਬਿਲਕੁਲ ਇਹਦੇ ਨੀਚੇ ਕ੍ਰਾਸ ਦਾ ਸਾਈਨ ਪਹਿਲੇ ਨੰਬਰ ਤੇ 2 5 0 1 ਬਚ ਗਿਆ 2 ਦੂਣੀ 4 5 ਇਹ ਆ ਗਿਆ ਆਪਣੇ ਕੋਲ 5 ਇਹ ਆ ਗਿਆ ਆਪਣੇ ਕੋਲ 2 ਇਹ ਆ ਗਿਆ 5 ਦਾ 1 6 ਕਿੰਨਾ ਆ ਗਿਆ ਆਪਣੇ ਕੋਲ ਹੁਣ ਧਿਆਨ ਨਾਲ ਸਮਝੋ ਇੱਥੇ ਵੀ ਪੁਆਇੰਟ ਲੱਗਾ ਸੀ ਨਾ ਇੱਥੇ ਵੀ ਪੁਆਇੰਟ ਲੱਗਾ ਸੀ ਲੱਗਾ ਸੀ ਨਾ ਤੁਹਾਨੂੰ ਪੁਆਇੰਟ ਹੁਣ ਇੱਥੇ ਪੁਆਇੰਟ ਤੋਂ ਬਾਅਦ ਕਿੰਨੇ ਨੰਬਰ ਆ 5 1 ਨੰਬਰ 5 ਆ 1 ਨੰਬਰ ਇੱਥੇ ਪੁਆਇੰਟ ਤੋਂ ਬਾਅਦ ਕਿੰਨੇ ਨੰਬਰ ਆ 1 ਟੋਟਲ ਪੁਆਇੰਟ ਤੋਂ ਬਾਅਦ ਕਿੰਨੇ ਨੰਬਰ ਬਣ ਗਏ 2 ਬਣ ਗਏ ਇਧਰੋਂ ਆਪਾਂ 2 ਨੰਬਰ ਛੱਡਨੇ 1 ਛੱਡਿਆ 2 ਛੱਡਿਆ ਠੀਕ ਆ ਦੋਨੇ ਸੰਖਿਆਵਾਂ ਦੇ ਵਿੱਚ ਆਪਾਂ ਪੁਆਇੰਟ ਤੋਂ ਬਾਅਦ ਨੰਬਰ ਗਿਣ ਲੈਣੇ ਕਿੰਨੇ ਕਿੱਥੇ ਬਣਦਾ 1 ਕਿੱਥੇ ਬਣਦਾ ਟੋਟਲ 2 ਨੰਬਰ ਬਣੇ ਤੋ ਵੀ ਆਪਾਂ ਇਧਰੋਂ 1 ਨੰਬਰ ਛੱਡਿਆ 2 ਛੱਡਿਆ ਤੇ ਪੁਆਇੰਟ ਲਗਾਤਾ
6.5 आ गया अपने को 2.5 गुना 2.5 के बराबर आ गया 6.5। फिर आ गया अपने को 6.5 6 5 2 5 2 5 5 2 2 2 3 2 32 2 32 3 3 4 5 2 9 10 11 12 1 4 ये आ गया। फिर पॉइंट सी दो नंबर सी दो लगे 42 पॉइंट बराबर आ गया अपने को ये 42 पॉइंट 25। फिर आ गया आपको 6 6 का वर्ग 6 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
इन जोड़िया पांच इन जोड़िया दो छे छे बारह एक आंसर तीन एक चार बनेगा 45.25 ठीक है बराबर आ गया अपने को 42.25 इजी संख्या बन गया इसलिए ए संपूर्ण त्रिभुज है इन्हें आंसर करना ठीक है इन्हें दो पार्ट बोलने हैं तो आप सॉल्व कर रहे हैं ठीक है दैट विल योर होमवर्क ओके।